ਕੰਪਲੀਟ ਸ਼ੋਅ 10,000 ਚ? ਹਾਂਜੀ ਹਾਂਜੀ ਕੰਪਲੀਟ ਸ਼ੋਅ ਜੀ 10,000 ਕੰਪਲੀਟ ਸ਼ੋਅ 10,000 ਦੀ ਜੈਨੂਇਨ ਜੀ ਲਾਈਟਸ ਲੱਗਿਆ ਲਗਾਈ ਵਿੱਚ ਹੀ ਲਾਈਟਾਂ ਲੱਗੀਆਂ ਹੋਈਆਂ ਨੇ ਬਾਈ 38,000 ਰੁਪਏ ਸੈੱਟ ਹੈ ਸਾਰਾ 38,000 ਦੇ ਦੋ ਮਗਰਾਟ ਨਾਲ ਇੱਕ 11,000 ਦੇ ਆ ਇਹ ਸੋਨ ਵਾਲੀ ਇੱਕ ਲੋਕਲ ਹੈ ਇਹ ਜੈਨੂਇਨ ਹੈ ਇਹ ਕਿੰਨੇ ਦੇ ਨੇ ਲੋਕਲ ਵਾਲੇ ਲੋਕਲ ਵਾਲੇ 9,000 ਦੇ ਜੀ ਤੇ ਉਹ ਜੈਨੂਇਨ ਜਿਹੜੇ 11,000 ਦੇ ਇਹ 11,000 ਦੇ ਈ ਮਾਰਕੇ ਵਾਲੇ ਈ ਮਾਰਕੇ ਵਾਲੇ 11-12,000 ਦੇ ਜੀ ਉਹ ਸਵਰਾਜ ਦੇ ਮੂਹਰੇ ਪਏ ਨੇ ਉਹ 7,500 ਦੇ ਭਾਜੀ ਬਿਨਾਂ ਪੇਂਟ ਤੋਂ ਨੇ ਏਸੀ ਹੈ ਜੀ ਅੱਛਾ ਇਹ ਕਿੰਨੇ ਦੇ ਨੇ ਇਹ ਸਟਾਰਟਿੰਗ 8,000 ਦੇ ਵੀ ਹੈਗੇ 7,500 ਦੇ ਵੀ ਅਲੱਗ ਅਲੱਗ ਮਾਡਲ ਹੈ ਇਹ ਜਿਹੜੇ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਟਰੈਕਟਰ ਮੰਡੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਮੈਂ ਦਿਖਾਉਂਦਾ ਹੁੰਦਾ ਸੀ ਸਾਰੀਆਂ ਦੁਕਾਨਾਂ ਵੀ ਆ ਗਏ ਜੀ ਟਰੈਕਟਰ ਮੰਡੀ ਆਹ ਸਮਾਨ ਲੈ ਲਿਆ ਉਹ ਸਮਾਨ ਲੈ ਲਿਆ ਹੁਣ ਕਿਹੜੀ ਦੁਕਾਨ ਦੇ ਉੱਤੇ ਕੀ ਮਿਲਦਾ ਹੈਗਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਅਤੇ ਉਹਦੇ ਤਹਿਤ ਅਸੀਂ ਅੱਜ ਆਏ ਹਾਂਗੇ ਜੈ ਸਿੰਘ ਐਂਡ ਸੰਨਸ 259 ਨੰਬਰ ਦੁਕਾਨ ਹੈ ਟਰੈਕਟਰ ਮੰਡੀ ਦੇ ਵਿੱਚ ਇਹ ਮਾਹਰ ਨੇ ਬਾਈ ਟਰੈਕਟਰਾਂ ਦੇ ਮਗਰਾਟਾਂ ਦੇ ਟਰੈਕਟਰਾਂ ਦੀ ਸ਼ੋਅ ਦੇ ਟਰੈਕਟਰਾਂ ਦੀਆਂ ਹੁੱਕਾਂ ਦੇ ਟਰੈਕਟਰਾਂ ਦੇ ਬੰਪਰਾਂ ਦੇ ਅਤੇ ਹੋਰ ਵੀ ਸਮਾਨ ਕਾਫੀ ਹੈ ਇਹਨਾਂ ਕੋਲ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਮੇਨ ਤੁਹਾਡੇ ਨਾਲ ਮੈਂ ਇਹੀ ਗੱਲਾਂ ਸਾਂਝੀਆਂ ਕਰਨੀਆਂ ਨੇ ਵੀ ਕਿਹੜੀ ਦੁਕਾਨ ਤੋਂ ਕੀ ਮਿਲਦਾ ਅਤੇ ਅੱਜ 259 ਦੁਕਾਨ 'ਤੇ ਆਏਗੇ 259 ਜੈ ਸਿੰਘ ਐਂਡ ਸੰਨਸ ਅਤੇ ਨਾਲ ਬਣੇ ਰਹੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਇੱਥੋਂ ਕੀ ਮਿਲਦਾ ਉਹ ਚੀਜ਼ਾਂ ਤੁਹਾਡੇ ਨਾਲ ਦਿਖਾਉਣੇ ਤੇ ਹਾਂਜੀ ਭਾਅ ਜੀ ਕੀ ਹਾਲ ਹੈ ਜੀ ਠੀਕ ਵਧੀਆ ਜੀ ਹੋਰ ਸੁਣਾਓ ਕੀ ਵਧੀਆ ਕੀ ਨਾਮ ਹੈ ਭਾਅ ਜੀ ਤੁਹਾਡਾ ਮੇਰਾ ਰਿੱਕੀ ਹੈ ਜੀ ਤੇ ਆਪਣੇ ਉਰੇ ਵਾਣੀ ਜਾਣਕਾਰੀ ਦਿਓ ਆਪਣੀ ਦੁਕਾਨ ਬਾਰੇ ਜਾਣਕਾਰੀ ਦਿਓ ਪਹਿਲਾਂ ਆਪਣਾ ਟਰੈਕਟਰ ਦੇ ਮਰਗਾੜ ਪਾੜ ਦਾ ਕੰਮ ਹੈ ਸ਼ੋਆਂ ਦਾ ਸ਼ੋਪ ਨੰਬਰ 259 ਹੈ ਅਤੇ ਕੋਈ ਵੀ ਟਰੈਕਟਰ ਦੇ ਮਰਗਾੜ ਸ਼ੋਆਂ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਅਤੇ ਉਰੇ ਆਪਣੀ ਟਰੈਕਟਰ ਮੰਡੀ ਦੇ ਵਿੱਚ 259 ਨੰਬਰ ਦੁਕਾਨ ਹੈਗੀ ਤੁਹਾਡੇ ਕੋਲ ਹੁਣ ਇਸ ਟਾਈਮ ਕੀ ਸਮਾਨ ਪਿਆਗਾ ਅਤੇ ਉਹਦਾ ਕੀ ਤੁਸੀਂ ਸਾਨੂੰ ਰੇਟ ਦੱਸ ਸਕਦੇ ਹੋ ਹਾਂਜੀ ਹਾਂਜੀ ਦੱਸ ਦਾਂਗੇ ਜਿਵੇਂ 10,000 ਦੀ ਸ਼ੋਅ ਆ ਜੋ ਜੀ ਇਹ ਆਇਸ਼ਰ ਦੀ 10,000 ਦੀ ਹੈ ਇਹ ਉੱਪਰ ਵਾਲੀ 333 15,000 ਦੀ ਹੈ ਇੱਕ ਮਿੰਟ ਜੀ ਹੁਣ ਮੈਂ ਤੁਹਾਨੂੰ ਪਹਿਲਾਂ ਤਾਂ ਆਹ ਦਿਖਾ ਰਹਾਂ ਪਹਿਲਾਂ ਤਾਂ ਇੱਧਰ ਦੇਖੋ ਸਵਰਾਜ ਦੀ ਸ਼ੋਅ ਪਈ ਹੈ ਬਾਈ FP ਸਟਿੱਕਰ ਸਟੁੱਕਰ ਸਾਰੇ ਲੱਗੇ ਹੋਏ ਨੇਗੇ ਅਤੇ ਕੰਪਲੀਟ ਸ਼ੋਅ 10,000 ਚ ਹਾਂਜੀ ਹਾਂਜੀ ਕੰਪਲੀਟ ਸ਼ੋਅ ਜੀ 10,000 ਕੰਪਲੀਟ ਸ਼ੋਅ ਲੈ ਵੀ 10,000 ਰੁਪਏ ਦੀ ਆਹ ਸ਼ੋਅ ਪਈ ਹੈਗੀ ਅਤੇ ਉਸ ਤੋਂ ਬਾਅਦ ਬਾਈ ਆ ਜਿਹੜੇ ਮੱਡ ਗਾਰਡ ਨੇ ਕਿਹੜੇ ਟਰੈਕਟਰਾਂ ਦੇ ਨੇ ਫਾਰਮਟੈਕ ਸੜਦੇ ਆ LED ਲਾਈਟ ਲੈ 17,000 ਰੁਪਏ ਸੈੱਟ ਹੈ ਜੀ LED ਲਾਈਟ ਵਾਲਾ ਲਾਈਟਾਂ ਲੱਗੀਆਂ ਲਗਾਈਆਂ ਨਹੀਂ ਨਹੀਂ ਲਾਈਟਾਂ ਬਾਅਦ ਚੋਂ ਲੱਗਣਗੀਆਂ ਅੱਛਾ ਜੀ ਹਾਂਜੀ ਇਹ ਕਿੰਨੇ ਦਾ ਜੀ 17,000 ਫਾਰਮ ਟਰੈਕ 60 ਵਾਲੇ ਜਿਹੜੇ ਮੱਡ ਗਾਰਡ ਨੇ ਬਾਈ 17,000 ਦਾ ਸੈੱਟ ਹੈਗਾ ਅਤੇ ਉਸ ਤੋਂ ਪਿੱਛੇ ਮੈਂ ਦੇਖ ਰਿਹਾ ਆਇਸ਼ਰ ਦੀ ਸ਼ੋਅ ਦੇਖ ਰਿਹਾ ਬਾਈ ਇਹ ਕਿੰਨੇ ਦੀ ਹੈਗੀ 10,000 ਦੀ ਜੈਨੂਇਨ ਜੀ ਲਾਈਟਸ ਲੱਗੀਆਂ ਲਗਾਈ ਵਿੱਚ ਹੀ ਲਾਈਟਾਂ ਲੱਗੀਆਂ ਹੋਈਆਂ ਨੇ ਬਾਈ 10,000 ਰੁਪਏ ਦੀ ਆਇਸ਼ਰ ਦੀ ਸ਼ੋਅ ਹੈਗੀ ਜੇ ਕਿਸੇ ਨੇ ਲੈਣੀ ਹੈਗੀ ਉਹਨੂੰ ਆ ਕੇ ਖਰੀਦ ਕੇ ਲੈ ਕੇ ਜਾ ਸਕਦਾ 333 ਦਾ 15,000 ਦਾ ਜੀ 333 ਆਇਸ਼ਰ 15,000 ਦਾ 485 ਵੀ ਸੇਮ ਹੈ ਜੀ ਅੱਛਾ ਜੀ ਅੱਗੇ ਦੇਖ ਰਹੇ ਹੋ ਬਾਈ 333 ਅਤੇ 485 ਇਹਦੀ ਜਿਹੜੀ ਸ਼ੋਅ ਪਈ ਹੈਗੀ ਇਹ 15,000 ਦਾ ਸੈੱਟ ਆ ਅਤੇ ਬਾਈ ਆਹ ਜਮਾਂ ਨਵੇਂ ਇਹ ਤਾਂ ਜਮਾਂ ਨਵੇਂ ਇਹ ਤਾਂ ਕੰਪਨੀ ਵਾਲੇ ਨੇ ਬਾਈ ਹਾਂਜੀ ਹਾਂਜੀ ਇਹ ਤਾਂ ਲਾਈਟਾਂ ਲੂਟਾਂ ਸਾਰੀਆਂ ਲੱਗੀਆਂ ਸਭ ਕੁਝ ਲਗਾਇਆ ਹਾਂਜੀ ਇਹ ਹੈਗੇ 38,000 ਰੁਪਏ ਦੇ ਹਾਂਜੀ 38,000 ਰੁਪਏ ਸੈੱਟ ਹੈ ਸਾਰਾ 38,000 ਦੇ ਦੋ ਮਗਰਾਟ ਆਹ ਦਿਖਾਇਓ ਮਾੜਾ ਜਿਹਾ ਲਾਈਟ ਸਟਿੱਕਰ ਸਾਰਾ ਕੁਝ ਇਹ ਓਰੀਜਨਲ ਬਾਈ ਟਰੈਕਟਰ ਦੇ ਇਹ ਹੋਣਗੀਆਂ ਮੱਡ ਗਾਰਡ ਨੇ ਨਵੇਂ ਟਰੈਕਟਰਾਂ ਦੇ ਮੱਡ ਗਾਰਡ ਨੇ ਗੇ ਇਹ ਲਾਈਟਾਂ ਸਾਰੀਆਂ ਲੱਗੀਆਂ ਲਗਾਈਆਂ ਸਾਰਾ ਕੁਛ ਅਤੇ ਕੰਪਲੀਟ ਦੇਖੋ ਸਟਿੱਕਰ ਵੀ ਲੱਗੇ ਹੋਏ ਨੇ ਬਾਈ ਕੰਪਨੀ ਵਾਲੇ ਜੌਨ ਡੀਅਰ ਦੇ ਓਰੀਜਨਲ ਮੱਡ ਗਾਰਡ ਜੇ ਕਿਸੇ ਨੂੰ ਚਾਹੀਦੇ ਹੋਣ ਇਹ ਕਿੰਨਾ ਮਾਡਲ ਆ ਭਾਅ ਜੀ ਇਹ 2023 ਦੇ 2023 ਮਾਡਲ ਦੇ ਬਾਈ ਮੱਡ ਗਾਰਡ ਤੁਹਾਨੂੰ ਉਰੋਂ ਮਿਲ ਸਕਦੇ ਨੇ ਜਮਾਂ ਨਵੇਂ ਨੇ ਗੇ ਜਮਾਂ ਨਵੇਂ ਠੀਕ ਹੈ ਜੀ ਅਤੇ ਹੋਰ ਭਾਈ ਆ ਜਿਹੜੇ ਪਿੱਛੇ ਫੋਰਡ ਹੈ ਇਹ ਲੋਕਲ ਮੇਡ ਹੈ 8,000 ਦੇ ਇਹ ਸੋਨ ਵਾਲੀ ਇੱਕ 11,000 ਦੇ ਆ ਇਹ ਸੋਨ ਵਾਲੀ ਇੱਕ ਲੋਕਲ ਹੈ ਇਹ ਜੈਨੂਇਨ ਹੈ ਇਹ ਕਿੰਨੇ ਦੇ ਨੇ ਲੋਕਲ ਵਾਲੇ 9,000 ਦੇ ਜੀ ਤੇ ਉਹ ਜੈਨੂਇਨ ਜਿਹੜੇ 11,000 ਦੇ ਜੀ ਉਹ 11,000 ਦੇ ਨੇ ਸੋਨ ਵਾਲੀ ਕਾਰ ਮਾਡਲ 4 ਸਿਲੰਡਰ ਹੈ ਉਹ 13,000 ਦੇ ਇਹ ਫੋਰਡ ਵਾਲੇ ਕਿੰਨੇ ਦੇ ਇਹ ਲੋਕਲ ਹੈ 7,500 ਦੇ ਇਹ ਲੋਕਲ ਹੈਗੇ ਜੀ ਹੈਵੀ ਕੁਆਲਿਟੀ ਹੋਰ ਲੈ ਲਓ 9,000 ਵੀ ਹੈਗਾ 15,000 ਵੀ ਅਲੱਗ ਅਲੱਗ ਮੇਲ ਹੈ ਅਲੱਗ ਅਲੱਗ ਰੇਟ ਹੈਗਾ ਜਿਹੀ ਜਿਹੀ ਜੀ ਆਪਾਂ ਕੁਆਲਿਟੀ ਲਈ ਜਾਵਾਂਗੇ ਜੈਨੂਇਨ ਇਸੇ ਤਰ੍ਹਾਂ ਸਵਰਾਜ ਦੇ 13,000 ਦੇ ਜੈਨੂਇਨ ਅੱਛਾ ਜੀ ਲੋਕਲ ਵਾਲੇ 7,500 ਦੇ ਜੀ ਆ ਇਹ ਕਿਹੜਾ ਜੀ ਮਹਿੰਦਰਾ 275 ਜੀ ਛੋਟਾ ਪਹਿਲਾ ਮਾਡਲ 7,000 ਦੇ ਜੀ 7,000 ਦੇ ਮੱਡ ਗਾਰਡ ਹਾਂਜੀ ਤੇ ਅੱਗੇ ਅੱਗੇ ਆ ਜਾਓ ਭਾਜੀ ਫਿਰ ਅੱਗੇ ਹੁਣ 585 ਦੇ 9,000 ਦੇ 475 ਦੇ 8,500 ਦੇ ਅੱਛਾ ਜੀ ਹਾਂਜੀ ਤੇ ਬਾਈ ਇੱਧਰ ਆ ਪਿੱਛੇ ਮੇਰੇ
ਪੈਰਦਾਨ ਹੀ ਹੁੰਦੇ ਨੇ ਜੋਂਡੀਅਰ ਦੀ ਕੰਪਲੀਟ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਯਾਰ ਕਪਲਰ ਟੂ ਕਪਲਰ ਸਾਰੇ ਜਮਾਂ ਨਵਾਂ ਓਰਿਜਨਲ ਪੀਸ ਹੈ ਇਹ ਜੋਂਡੀਅਰ ਦਾ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈਗਾ ਹਨਾ ਕਿਵੇਂ ਟਰੈਕਟਰਾਂ ਦੇ ਨਵੇਂ ਅਗਲਾ ਲਹਾ ਕੇ ਕੈਬਨ ਕੂਬਨ
जॉन डियर का 2023 मॉडल का यह तुहानू सैट पूरो ट्रैक्टर मंडी 259 शॉप तो मिल जाना है। बेस्ट डील है बई, जे नाल तुसीं पैरदान भी आ चेंज करा लो आपके जॉन डियर के, पेंट साढ़े वर्गों तो करा लो किसी तो, आ सारा ट्रैक्टर नवा बन जूगा तुहाडा। आ भाई 75,000-7,000 के कोई माड़े नहीं है, तो आ जिहड़ा पैर रखने सेंटर के होंगे गेयर के ये 1200 रुपए का, कोई माड़ी चीज़ नहीं बई। तो आ बई नीचे बंपर पे ने गे महिंद्रा तो 2500 का, 2500 ਦਾ ਬੰਪਰ ਹੈ ਤੇ ਭਈਆ ਜਿਹੜਾ ਸੈਂਟਰ ਵਾਲਾ ਵੀ ਨਾਲ ਹੀ ਹੈ ਇਹਦੇ ਨਹੀਂ ਇਹ ਲੱਗ ਗਿਆ 1200 ਦਾ ਇਹ 1200 ਰੁਪਏ ਦਾ ਤੁਹਾਨੂੰ ਅਲੱਗ ਲੈਣਾ ਪਊਗਾ ਜੀ ਗੇਅਰ ਦੇ ਉੱਪਰ ਹੁੰਦਾ ਸ਼ੀਟ ਜੀ ਪੈਰਦਾਨ ਸੈਂਟਰ ਦੇ ਵਿੱਚ ਹਨਾ ਤੇ ਇਹ ਕਿੰਨੇ ਤੋਂ ਕਿੰਨੇ ਦਾ ਤੱਕ ਨੇ ਜਿਵੇਂ ਆ ਤੁਹਾਨੂੰ ਮਹਿੰਦਰਾ ਦਾ ਪਏਗਾ ਫਿਲਹਾਲ ਨਾਰਮਲ ਇਹੀ ਚੱਲਦੇ ਆ ਭਾਜੀ ਮਾਰਕੀਟ ਜਿਵੇਂ ਟਰੈਕਟਰ ਸੇਲ ਕਰਨਾ ਹੁੰਦਾ ਨਾ 2500 ਲਈ ਆ 2500 ਦਾ ਤੇ ਭਾਈ 61,100 ਦੇ ਆ ਨੀਚੇ ਬੈਟਰੀ ਬਾਕਸ ਹੁੰਦੇ ਨੇ ਜਿਵੇਂ ਟੂਲ ਬਾਕਸ ਹੁੰਦੇ ਨੇ 2500 ਰੁਪਏ ਦੇ ਦੋ ਈ ਮਾਰਕੇ ਵਾਲੇ ਇਹ 2500 ਦਾ ਲੈਫਟ ਰਾਈਟ ਠੀਕ ਹੈ ਜੀ ਆ ਬੈਟਰੀ ਬਾਕਸ ਪਏ ਜੀ ਇਹਦੇ ਚ ਇਹ 2000 ਰੁਪਏ ਦਾ ਕਲਾਸਿਕ ਦਾ ਓਰੀਜਨਲ ਬੈਟਰੀ ਬਾਕਸ ਲੋਕਲ 1000 ਰੁਪਏ ਦਾ ਓਕੇ ਜੀ ਆ ਜਾਓ ਅੰਦਰ ਬੈਟਰੀ ਬਾਕਸ ਪਏ ਨੇ ਭਾਈ ਸਾਰੇ ਤੁਹਾਡੇ ਕੋਲ ਇਹ ਵੀ 1000 ਰੁਪਏ ਹੈ ਮਾਡਲ ਕੋਈ ਵੀ ਲੈ ਲਓ ਲੋਕਲ ਜਿੰਨਾ ਬਣਿਆ ਤੇ ਅੱਗੇ ਸੀਟਾਂ ਪਈਆਂ ਨੇ ਭਾਈ ਸੀਟਾਂ ਬਾਰੇ ਦੱਸਿਓ 2500 ਰੁਪਏ ਦੀ ਹੈ ਜਿਹੜੇ ਮਰਜ਼ੀ ਹਾਂਜੀ ਕੋਈ ਵੀ ਹੋਵੇ ਕਿਹੜੇ ਟਰੈਕਟਰ ਦੀ ਫੋਰ ਸਵਰਾਜ ਸੋਨਾਲਿਕਾ ਜੌਨ ਡੀਅਰ ਕੋਈ ਵੀ ਲੈ ਲਓ ਜਿਹੜੀ ਵੀ ਸੀਟ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਉਰੋ 2500 ਰੁਪਏ ਤੱਕ ਦੀ ਸੀਟ ਮਿਲ ਜਾਣੀ ਹੈ ਤੇ ਆ ਜਿਹੜੇ ਆ ਬੰਪਰ ਮੈਂ ਦੇਖ ਰਿਹਾ ਬਾਈ ਆ ਕਿਹੜੇ ਦਾ ਅਰਜਨ ਦਾ ਪਿਆ ਮਹਿੰਦਰਾ ਦਾ ਇਹ 911 ਦਾ ਹੈ ਇਹ ਨੋਵੋ ਦਾ ਹੈ ਅੱਛਾ ਜੀ ਹਾਂਜੀ ਇਹ ਫਾਰਮ ਟੈਕ ਦਾ ਹੈ ਠੀਕ ਹੈ ਜੀ ਇਧਰ ਸਵਰਾਜ ਦੇ ਪਿਆ ਅੱਗੇ ਇਹ ਕਿੰਨੇ ਦਾ ਹੋਊਗਾ ਜੀ ਜਿਵੇਂ ਇਧਰ ਫਾਰਮ ਟਰੈਕ ਵਾਲਾ ਜੀ 2300 ਦਾ ਵਿਦ ਨਟ ਬੋਲਟ 2300 ਰੁਪਏ ਦਾ ਬੰਪਰ ਵਿਦ ਨਟ ਬੋਲਟ ਬਾਈ ਦੁਕਾਨ ਯਾਦ ਰੱਖਿਓ 259 ਨੰਬਰ ਦੁਕਾਨ ਹੈ ਟਰੈਕਟਰ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਅੱਗੇ ਆ ਜਾਓ ਬਾਈ ਫਿਰ ਆਪਾਂ ਅੱਗੇ ਦੇਖੀਏ ਅੱਗੇ ਬਸ ਮੱਡ ਗਾਰਡ ਉਹੀ ਬੰਪਰ ਹੀ ਨੇਗੇ ਤੁਹਾਡੇ ਕੋਲ ਸਾਰੇ ਤੇ ਅੱਗੇ ਇੱਧਰ ਬੰਪਰ ਪਏ ਨੇਗੇ ਇਹੀ ਬੰਪਰ ਤੁਹਾਨੂੰ ਸਾਰੇ ਅਸੀਂ ਦਿਖਾਈ ਚੁੱਕੇ ਹਾਂਗੇ ਤੇ ਸਟਾਕ ਬਾਈ ਹੋਰਾਂ ਕੋਲ ਤੁਸੀਂ ਜੇ ਕੋਈ ਚੀਜ਼ ਨਹੀਂ ਵੀ ਅਵੇਲੇਬਲ ਤਾਂ ਤੁਸੀਂ ਮੌਕੇ ਤੇ ਆਰਡਰ ਕਰ ਸਕਦੇ ਹੋਗੇ ਤੇ ਮੌਕੇ ਤੇ ਇਹ ਤੁਹਾਨੂੰ ਮੰਗਾ ਕੇ ਦੇ ਸਕਦੇ ਨੇ ਜਾਂ ਬੁਕਿੰਗ ਕਰਾ ਸਕਦੇ ਹੋਗੇ ਤੇ 259 ਨੰਬਰ ਸ਼ੋਪ ਹੈ ਤੇ ਭਾਈ ਹੁੱਕਾਂ ਕਿਹੜੀਆਂ ਕਿਹੜੀਆਂ ਪਈਆਂ ਨੇ ਤੁਹਾਡੇ ਕੋਲ ਟਰੈਕਟਰਾਂ ਦੀਆਂ ਸਰ ਮਹਿੰਦਰਾ ਦੀ ਹਾਜ਼ਰ ਤਾਂ ਫਾਰਮ ਟੈਕ ਦੀ ਮਿਲ ਜਾਣਗੀ ਬ੍ਰਦਰ ਦੁਕਾਨ ਤੇ ਪਈਆਂ ਠੀਕ ਹੈ ਜੀ ਹਾਂਜੀ ਤੇ ਆਹ ਹੁੱਕ ਪਈ ਆ ਬਾਈ ਮਹਿੰਦਰਾ ਦੀ ਇਹ ਕਿੰਨੇ ਦੀ ਹੋਈ 2500 ਰੁਪਏ ਵਿਦ ਨਟ ਬੋਲਟ ਅੱਛਾ ਜੀ 28 ਕਿਲੋ ਦੀ ਹੈਗੀ ਹੈ ਹਾਂਜੀ ਹਾਂਜੀ ਓਕੇ ਤੇ ਬਾਈ ਕਿਵੇਂ ਲੱਗੀ ਵੀਡੀਓ ਤੁਸੀਂ ਮਾੜਾ ਜਿਹਾ ਕਮੈਂਟ ਕਰਕੇ ਦੱਸਿਓ 259 ਨੰਬਰ ਸ਼ੋਪ ਹੈ ਟਰੈਕਟਰ ਮੰਡੀ ਦੇ ਵਿੱਚ ਤੇ ਇੱਥੋਂ ਤੁਹਾਨੂੰ ਮੈਨੂੰ ਸਭ ਤੋਂ ਜਿਹੜੀ ਇੱਥੇ ਬੰਬ ਚੀਜ਼ ਪਈ ਹੈ ਨਾ ਉਹ ਆ ਪਈ ਆ ਜੌਨ ਡੀਅਰ ਵਾਲੇ ਜਿਹੜੇ ਮੱਡ ਗਾਰਡ ਨੇਗੇ ਆ ਪੈਰਦਾਨ 7000 ਦੇ ਬਾਈ ਮੈਂ ਫਾਰਮ ਟਰੈਕ ਦੇ ਪੈਰਦਾਨ ਮੈਨੂੰ ਪਤਾ ਮੈਂ ਜੈਨੂਨ ਕਿਵੇਂ ਲਾਉਣਾ ਅਤੇ ਸਾਡੇ ਕਿਉਂਕਿ ਅਸੀਂ ਫੋਰਡ ਮੋਡੀਫਾਈ ਕਰਦੇ ਹਾਂ ਜਿਹੜੇ ਲਾਉਣੇ ਆ 15,000 ਰੁਪਏ ਦੀਆਂ ਕਿੱਟਾਂ ਮਿਲਦੀਆਂ ਨੇ ਵੀਰੇ ਪੁਰਾਣੀਆਂ ਨਹੀਂ ਨਵੀਆਂ ਜਿਹੜੀਆਂ ਆਪਾਂ ਲਾਉਣੇ ਆ ਇਹ ਤੁਹਾਨੂੰ ਪੇਂਟ ਕੀਤਾ ਕਿਤਾ ਆ ਕੰਪਨੀ ਦਾ ਓਰੀਜਨਲ ਵਿਦ ਹੀਟ ਗਾਰਡ ਬੱਲੇ ਬੱਲੇ ਆ ਬਾਈ ਅਤੇ ਕਿਵੇਂ ਲੱਗੀ ਬਾਈ ਵੀਡੀਓ 259 ਨੰਬਰ ਸ਼ੋਪ ਅਤੇ ਬਾਈ ਹੋਰਾਂ ਦੀ ਉਰੇ ਦੁਕਾਨ ਹੈਗੀ ਅਤੇ ਜਿਵੇਂ ਉਰੇ ਬੋਡੀ ਸ਼ੋ ਪਈਆਂ ਨੇਗੀਆਂ ਮੱਡ ਗਾਰਡ ਪਏ ਨੇਗੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਆਪ ਆਓ ਆਪਣੀ ਜ਼ਿੰਮੇਵਾਰੀ 'ਤੇ ਭਾਅ ਜੀ ਦੇਖੋ ਠੋਕ ਵਜਾ ਕੇ ਸਮਾਨ ਖਰੀਦੋ ਠੀਕ ਹੈ ਜੀ ਬਸ ਸਾਡਾ ਮਕਸਦ ਇਹ ਹੈ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਤੁਹਾਡਾ ਸਮਾਂ ਬਚਾਉਣਾ
ਵੀ ਤੁਸੀਂ ਇੱਧਰ ਉੱਧਰ ਘੁੰਮਣ ਨਾਲੋਂ ਸਿੱਧਾ ਜਿਹੜੀ ਚੀਜ਼ ਲੈਣ ਆ ਰਹੇ ਹੋ ਉਸੇ ਦੁਕਾਨ 'ਤੇ ਜਾਓ ਅਤੇ ਉਸੇ ਦੁਕਾਨ 'ਤੇ ਆਪਣਾ ਸਮਾਨ ਖਰੀਦ ਕੇ ਆਪਣੇ ਘਰ ਟਾਈਮ ਨਾਲ ਜਾਓ ਅਤੇ ਆਪਣੇ ਹੋਰ ਕੰਮ ਕਰੋ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਬਾਈ। ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਦੁਕਾਨ ਦੇ ਉੱਤੇ, ਅਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ। ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ।